हां जी गाइस दिस आरसनपुरी गाइस कि मैं तुसी सारे सो फाइनली थोड़ा प्रा बैक आ चुका एक नवी अपडेट वीडियो के नाल गाइस ये अपडेट वीडियो ਤੁਹਾਨੂੰ ਬਹੁਤ ਜਿਆਦਾ ਪਸੰਦ ਆਉਣ ਵਾਲੀ ਹੈ ਪ੍ਰੋਮਿਸ ਤੁਸੀਂ ਆਪਣੇ ਆਪ ਵੀਡੀਓ ਨੂੰ ਲਾਈਕ ਕਰੋਗੇ ਕਮੈਂਟ ਤੇ ਯਾਰ ਲਾਜ਼ਮੀ ਕਰਨਾ ਨਾ ਠੀਕ ਹੈ ਨਾ ਕਮੈਂਟ ਲਾਜ਼ਮੀ ਕਰਨਾ ਉਹਦਾ ਰੀਜ਼ਨ ਮੈਂ ਐਂਡ ਤੇ ਦੱਸੂਗਾ ਬਾਕੀ ਚੈਨਲ ਸਬਸਕ੍ਰਾਈਬ ਕਰ ਲੈਣਾ ਹੋਰ ਨਵੀਂ ਨਵੀਂ ਅਪਡੇਟਸ ਲਈ ਤੇ ਬਾਕੀ ਚੈਨਲ ਤੇ ਆ ਲਾਜ਼ਮੀ ਸਬਸਕ੍ਰਾਈਬ ਕਰਨਾ ਕਿਉਂਕਿ ਪ੍ਰਾਤਾ ਵੀ ਗਾਣਾ ਆ ਰਿਹਾ ਤੇ ਪ੍ਰਾ ਨੂੰ ਵੀ ਸਪੋਰਟ ਕਰਨੀ ਤੁਸੀਂ ਸਾਰਿਆਂ ਨੇ ਬਾਕੀ ਗਾਇਜ਼ ਹੁਣ ਗੱਲ ਕਰਨੇ ਆਪਣੇ ਗੁਰੀ ਵੀਰੇ ਦੇ ਨਵੇਂ ਪ੍ਰੋਜੈਕਟ ਬਾਰੇ ਤੇ ਗਾਇਜ਼ ਇਸ ਪ੍ਰੋਜੈਕਟ ਦਾ ਵੇਟ ਆਪਾਂ ਤਕਰੀਬਨ 1 ਸਾਲ ਤੇ 7 ਮਹੀਨੇ ਤੋਂ ਕਰ ਰਹੇ ਆ ਇਹ ਪ੍ਰੋਜੈਕਟ ਹੈਗਾ ਗੁਰੀ ਵੀਰੇ ਦੇ ਨਵੇਂ ਗਾਣੇ ਦਾ ਗਾਇਜ਼ ਮੈਂ ਤੁਹਾਨੂੰ ਸਕਰੀਨ ਤੇ ਬੀਟੀਐਸ ਵੀ ਦਿਖਾ ਰਿਹਾ ਮੈਂ ਬੀਟੀਐਸ ਜਿਹੜਾ ਨਾ ਕਾਫੀ ਪਹਿ전에 ਵੀ ਸ਼ੇਅਰ ਕੀਤੇ ਆ ਤੇ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਾਂਗਾ ਕਿ ਇਹ ਗੁਰੀ ਵੀਰੇ ਦੇ ਨਵੇਂ ਗਾਣੇ ਦੇ ਹੀ BTS ਹੈਗੇ ਆ ਠੀਕ ਆ ਨਾ ਕਿਉਂਕਿ ਮੈਂ ਗੁਰੀ ਢਿੱਲੋਂ ਨਾਲ ਗੱਲਬਾਤ ਕੀਤੀ ਸੀ ਕਾਫੀ ਸਾਰੇ ਲੋਕ ਕਾਫੀ ਟਾਈਮ ਤੋਂ ਅਪਡੇਟ ਮੰਗ ਰਹੇ ਸੀ ਬਟ ਯਾਰ ਗੁਰੀ ਢਿੱਲੋਂ ਮੈਨੂੰ ਕੋਈ ਰਿਪਲਾਈ ਨਹੀਂ ਕਰ ਰਹੇ ਸੀ ਸੋ ਅੱਜ ਉਹਨਾਂ ਦਾ ਰਿਪਲਾਈ ਆਇਆ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੁਸੀਂ ਸਕਰੀਨ ਤੇ ਸਾਰੀ ਚੈਟ ਪੜ੍ਹ ਸਕਦੇ ਜੀ ਠੀਕ ਆ ਨਾ ਗੁਰੀ ਢਿੱਲੋਂ ਨੇ ਜਿਹੜਾ ਨਾਲ ਥੱਲੇ ਆਫੀਸ਼ੀਅਲੀ ਦੱਸ ਦਿੱਤਾ ਕਿ ਗੁਰੀ ਵੀਰੇ ਦਾ ਨਵੇਂ ਪ੍ਰੋਜੈਕਟ ਤੇ ਕੰਮ ਚੱਲ ਰਿਹਾ ਸਾਰੀ ਟੀਮ ਵਰਕਿੰਗ ਕਰ ਰਹੀ ਆ ਤੇ ਨਾਲ ਦੀ ਨਾਲ ਜਿਹੜਾ ਨਾ ਗੁਰੀ ਵੀਰੇ ਦਾ ਨਵਾਂ ਗਾਣਾ ਆ ਰਿਹਾ ਤੇ ਮੇਬੀ ਕਿ ਉਹ ਗਾਣਾ ਜਿਹੜਾ ਨਾ ਆਪਾਂ ਨੂੰ ਇਸ ਮੰਥ ਦੀ 26 ਤਰੀਕ ਨੂੰ ਦੇਖਣ ਨੂੰ ਮਿਲ ਜਾਏਗਾ ਮੈਨੂੰ ਲੱਗ ਰਿਹਾ ਹੈ ਗੁਰੀ ਵੀਰੇ ਦੀ ਲੁੱਕ ਸ਼ੂਕ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਗੁਰੀ ਵੀਰੇ ਕੋਈ ਚੱਕਵਾ ਜਾਂ ਟਰੈਕ ਬਣਾ ਰਿਹਾ ਹੈ ਮੈਂ ਕਿ ਗੁਰੀ ਵੀਰੇ ਦਾ ਆਫੀਸ਼ੀਅਲੀ ਕਮਬੈਕ ਹੋਣ ਜਾ ਰਿਹਾ ਇਸ ਇਸ 26 ਤਰੀਕ ਨੂੰ ਤੇ ਸਾਰੇ ਜਾਨੇ ਜਿਹੜਾ ਨਾ ਗੁਰਵੀਰ ਨੂੰ ਸਪੋਰਟ ਕਰਨਾ ਠੀਕ ਹੈ ਨਾ ਤੇ ਐਕਸਾਈਟਮੈਂਟ ਲੈਵਲ ਵੱਧ ਗਿਆ ਹੋਣਾ ਠੀਕ ਹੈ ਨਾ ਤੇ ਨਾਲ ਦੇ ਨਾਲ ਗੁਰਵੀਰ ਦੇ ਨਵੇਂ ਪ੍ਰੋਜੈਕਟ ਵੀ ਕੰਮ ਚੱਲ ਰਿਹਾ ਮੇਬੀ ਕਿਉਂ ਲਵਰ 2 ਦਾ ਪ੍ਰੋਜੈਕਟ ਹੋ ਸਕਦਾ ਹੈ ਕਿ ਪਾਬਲੋ ਮੂਵੀ ਦਾ ਕੋਈ ਪ੍ਰੋਜੈਕਟ ਹੋਵੇ ਕਿਉਂਕਿ ਪਾਬਲੋ ਮੂਵੀ ਵੀ ਆਣੀ ਹੈ ਨਾ ਗੁਰਵੀਰ ਦੇ ਜਿਹਦਾ ਟੀਜ਼ਰ ਰਿਲੀਜ਼ ਹੋਇਆ ਹੋਇਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਤੇ ਮੇਰੇ ਹਿਸਾਬ ਨਾਲ ਕਿਉ ਪਾਬਲੂ ਮੂਵੀ ਹੋ ਸਕਦੀ ਆ ਜਾਂ ਲਵਰ 2 ਹੋ ਸਕਦੀ ਆ ਤੇ ਵੈਸੇ ਤੇ ਲੋਕ ਲਵਰ 2 ਦਾ ਹੀ ਵੇਟ ਕਰ ਰਹੇ ਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿ ਆਪਾਂ ਲਵਰ 2 ਦੀ ਨਵੀਂ ਨੈਕਸ ਅਪਡੇਟ ਸ਼ੇਅਰ ਕਰੀਏ ਜਾਂ ਪਾਬਲੂ ਮੂਵੀ ਦੀ ਅਪਡੇਟ ਸ਼ੇਅਰ ਕਰੀਏ ਤੇ ਕੌਣ ਕੌਣ ਐਕਸਾਈਟਡ ਹੈਗਾ ਗੁਰਵੀਰ ਰਤਨ ਆਵੇ ਗਾਣੇ ਲਈ